ਜਿਹਾ ਜੀ ਨੇ ਲਿਖਿਆ ਤਿਹਾ ਹੁਕਮ ਕਮਾਹੇ। ਘੱਲੇ ਆਪ ਹੈ ਨਾਨਕ ਸਦੇ ਉੱਚੇ ਜਾਹੇ ਦੇ ਮਾਂ ਵਾਕ ਅਨੁਸਾਰ ਗੁਰੂ ਪਦ ਸੇਵਕ ਸਵਰਗ ਸਰਦਾਰ ਦਰਸ਼ਨ ਸਿੰਘ ਜੀ ਅਤੇ ਸਤਿਕਾਰਯੋਗ ਮਾਤਾ ਮਨਜੀਤ ਕੌਰ ਜੀ, ਤਿਨ੍ਹਾਂ ਦੇ ਪਿਆਰੇ ਸਪੁੱਤਰ ਪ੍ਰੇਮ ਸਿੰਘ ਜੀ ਜੋ ਕਿ ਮਾਲਕ ਦੇ ਹੁਕਮ ਅਨੁਸਾਰ ਮਾਲ ਚਲਾਣਾ ਕਰ ਗਏ, ਤਿਨ੍ਹਾਂ ਨਿਮਿੱਤ ਅੰਤਮ ਅਰਦਾਸ ਆਓ ਸ਼ਸ਼ੀ ਰੋ ਨੂੰ ਸ਼ਰਧਾ ਦੇ ਫੁੱਲ ਭੇਟ ਕਰੀਏ। ਆਪ ਜੀ ਦੇ ਹਜੂਰ ਖੁੱਲੇ ਪ੍ਰਤਾਪ ਅਖੇ ਦੀਵਾਨ ਸਜੇ
ਇਲਾਹੀ ਬਾਣੀ ਦਾ ਕੀਰਤਨ ਗੁਰਮੁਖ ਵਿਚਾਰਾਂ ਹੋਈਆਂ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਬਖਸ਼ ਲੈਣੀਆਂ ਸਮੂਹ ਸਾਧ ਸੰਗਤ ਵੱਲੋਂ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋਦੜੀ ਹੈ ਸਤਿਗੁਰੂ ਜੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵ ਕਾਲ ਲਈ ਨਿਵਾਸ ਬਖਸ਼ ਕਰਨਾ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਜਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸੁਖ ਸਨੇ ਅਰ ਪੈ ਨਹੀਂ ਜਾਕੈ ਕੰਚਨ ਮਾਟੀ ਮਨ ਜੋ ਨਰ ਦੁਖ ਮੈਂ ਦੁਖ ਨਹੀਂ ਮਨ ਸੁਖ ਸਨੇ ਅਰ ਪੈ ਨਹੀਂ ਜਾਕੈ ਕੰਚਨ ਮਾਟੀ ਮਨ ਵਾਹਿਗੁਰੂ ਜੀ ਕੀ ਫਤਿਹ। ਅਦਬ ਅਤੇ ਸਤਿਕਾਰ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜੇਰੇ ਸਦਾਰਤ ਜੁੜ ਬੈਠੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਭਿਆਨਕ ਸਮਾਂ ਪਰਿਵਾਰਾਂ ਦੇ ਉੱਤੇ ਬਿਪਤਾ ਦੇ ਪਹਾੜ ਟੁੱਟ ਪਏ ਨੇ, ਨਾਜ਼ੁਕ ਹਾਲਾਤਾਂ ਸਾਰੇ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਰੇ ਸਵਰਗੀ ਪ੍ਰੇਮ ਸਿੰਘ ਲਾਹੌਰੀਆ ਜੀ ਦੀ ਅੰਤਮ ਅਰਦਾਸ ਵਿੱਚ ਸ਼ਾਮਿਲ ਹੋਣ ਵਾਸਤੇ ਇਕੱਠੇ ਹੋਏ ਹਾਂ। ਗੁਰਬਾਣੀ ਦੇ ਵਿੱਚ ਦਰਜ ਹੈ, ਮਰਨ ਲਿਖਾਏ ਮੰਡਲ ਮੈਂ ਆਏ। ਸਤਿਗੁਰੂ ਦੀ ਮਰਜ਼ੀ ਤੋਂ ਬਗੈਰ ਇਸ ਸੰਸਾਰ ਤੋਂ ਨਹੀਂ ਆਇਆ ਜਾਂਦਾ। ਸਤਿਗੁਰੂ ਦੀ ਮਰਜ਼ੀ ਹੈ ਅਤੇ ਅਸੀਂ ਇੱਥੇ ਆਏ ਹਾਂ, ਅਤੇ ਜੇ ਸਾਧੂ ਦੇ ਪਵਿੱਤਰ ਗੋਤਾ ਨਿਕਲਿਆ ਕਿ ਸੰਤਾਨ, ਆਓ ਸਭ ਤੋਂ ਪਹਿਲੇ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਰੇ ਸੱਜਣ, ਰਿਸ਼ਤੇਦਾਰ, ਇਲਾਕਾ ਨਿਵਾਸੀ, ਆਪਣੇ ਛੋਟੇ ਵੀਰ, ਛੋਟੇ ਭਰਾ, ਹਰਦੇਵ ਅਜ਼ੀਜ਼, ਸਰਦਾਰ ਪ੍ਰੇਮ ਸਿੰਘ ਲਾਹੌਰੀਆ ਜੀ ਅੰਤਿਮ ਅਰਦਾਸ ਦੇ, ਬੜੀ ਦੁੱਖ ਦੀ ਗੱਲ ਹੈ ਕਿ 26 ਜਨਵਰੀ ਨੂੰ ਜਦੋਂ ਇਸ ਦੇਸ਼ ਦਾ ਜਿਹੜਾ ਸੰਵਿਧਾਨ ਹੈ ਜਿਹਨੂੰ ਲਾਗੂ ਕਰਨ ਨੂੰ ਮਨਾਇਆ ਜਾਂਦਾ, ਇਹ ਜਿਹੜਾ ਸੰਵਿਧਾਨ ਹੈ ਇਹਦਾ ਆਰਟੀਕਲ 21 ਇਸ ਗੱਲ ਦੀ ਇਸ਼ੋਰੈਂਸ ਦਿੰਦਾ ਹੈ
ਕੋਈ ਵੀ ਵਿਅਕਤੀ ਜਿਹੜਾ ਬਿਨਾਂ ਕਿਸੇ ਵੀ ਪ੍ਰੋਸੀਜਰ, ਜਿਹੜਾ ਕਾਨੂੰਨ ਦਾ ਪ੍ਰੋਸੀਜਰ ਹੈ ਉਸ ਤੋਂ ਬਿਨਾਂ ਜਿਹੜਾ ਫਾਈਲ ਨਹੀਂ ਲਾਇਆ ਜਾ ਸਕਦਾ। ਔਰ ਦਿਲਬਾਗ ਸਿੰਘ ਨੂੰ ਸਨੀ ਕਹਿੰਦੇ ਸੀ, ਉਹਦੇ ਨਾਲ ਨਿੱਕੇ ਹੁੰਦੇ ਤੋਂ ਪੜ੍ਹਦਾ ਸੀ, ਔਰ ਇਹ ਸਾਰਾ ਹੀ ਲਾਹੌਰੀਆ ਪਰਿਵਾਰ, ਚਾਹੇ ਉਹ ਸਰਦਾਰ ਅਰਜਨ ਸਿੰਘ ਜੀ ਲਾਹੌਰੀਆ ਹੋਣ, ਸਰਦਾਰ ਮੰਗਲ ਸਿੰਘ ਜੀ ਲਾਹੌਰੀਆ ਹੋਣ, ਅਰਜਨ ਸਿੰਘ ਜੀ ਲਾਹੌਰੀਆ ਸਾਹਿਬ ਸਾਡੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹਨ, ਉਹ ਸੇਵਾ ਨਿਭਾ ਰਹੇ ਹਨ, ਸਰਦਾਰ ਮੰਗਲ ਸਿੰਘ ਜੀ ਲਾਹੌਰੀਆ ਸਾਡੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਸੇਵਾ ਨਿਭਾ ਰਹੇ ਹਨ, ਔਰ ਜਿਵੇਂ ਕਿ ਸੰਸਾਰ ਨੇ ਦੱਸਿਆ ਕਿ 35% ਇਲਾਕਾ ਲਾਹੌਰੀਆ ਪਰਿਵਾਰ ਦਾ ਵਿਛਾਇਆ ਗਿਆ ਹੈ। ਬਹੁਤ ਸਾਰੇ ਸਵਾਲੀਆ ਚੇਂਜ ਛੱਡ ਕੇ ਗਈ ਆ, ਅਮਿਤ ਸ਼ੰਗਾ ਜੀ ਨੇ ਇੱਥੇ ਗੱਲ ਕੀਤੀ, ਉਸ ਤੋਂ ਪਹਿਲੇ ਬਾਕੀ ਬੁਲਾਰੇ ਨੇ ਗੱਲ ਕੀਤੀ, ਕਿਉਂਕਿ ਮੈਂ ਬਚਪਨ ਤੋਂ ਇਸ ਵੀਰ ਨੂੰ ਆਪਣੇ ਅੱਖੀਂ ਦੇਖਿਆ, ਦਲੇਰ ਸੀ, ਯਾਰਾਂ ਦਾ ਯਾਰ ਸੀ, ਮਿੱਤਰਤਾ ਨਿਭਾਉਣ ਵਾਲਾ ਸ਼ਖਸ ਸੀ, ਪਰ ਇਸ ਢੰਗ ਦੇ ਨਾਲ ਉਸ ਨੂੰ ਮੁਕਾਬਲੇ 'ਚ ਖਤਮ ਕਰ ਦਿੱਤਾ ਜਾਏਗਾ ਇਹ ਕਿਸੇ ਨੂੰ ਸੰਭਾਵਨਾ ਨਹੀਂ ਸੀ। ਅੱਜ ਉਸ ਮਾਣ ਪੁੱਛਿਆ ਜਾਏ ਸਤ ਲਖਨਾ ਵਾਰ ਰੇ ਨਰ ਏਸਾ ਜੀ ਤਾਰ ਸਗਲ ਜਗਤ ਹੈ ਜੈਸੇ ਸੁਪਨਾ ਬਿਨ ਸਤ ਲਖਨਾ ਵਾਰ ਅਜੋ ਸਮਝ ਕਿਛ ਵਿਗਰਿਆ ਨਾਨ ਭਜਲੇ ਨਾ ਮਰਾਰ ਕਹ ਨਾਨਕ ਨਿਜ ਮਤ ਸਾਧਨ ਕੋ ਪਾਖਿਓ ਤੁਹੀ
ਗੁਣ ਗਿਆਨ ਵਿਚਾਰ ਅਸੰਗ ਸਦੇ ਅਸੰਗ ਦਤਾਰ ਅਸੰਗ ਸੁਰ ਹੋ ਬਖਸਾਰ ਅਸੰਗ ਮੋਲ ਲਾਏ ਤਾਰ ਕੁਦਰਤ ਕਰਾਉਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਜੀ ਕੁਮਾਰ ਜੋਤ ਭਾਵੀ ਸਾਈ ਪਰਿਕਾਰ ਤੂੰ ਸਦਾ ਸਲਾਮ ਨਿਰੰਕਾਰ ਸੰਗ ਮੂਰਖ ਅੰਤ ਘੋਰ ਅਸੰਗ ਚੋਰ ਹਰਾਮ ਘੋਰ ਸੰਗ ਅਮਰ ਕਰ ਜਾਏ ਜੋ ਸੰਗ ਕਲ ਵਰਤਿਆ ਕੁਮਾਏ ਸੰਗ ਪਾਪੀ ਪਾਪ ਭਰ ਜਾਏ ਸੰਗ ਕੁੜਿਆਰ ਕੁੜੇ ਭਰਾਏ ਅਸੰਗ ਕਲੇਸ਼ ਮਲ ਭਖ ਖਾਏ ਅਸੰਗ ਨਿੰਦਕ ਸਿਰ ਕਰੇ ਭਾਰ ਨਾਨਕ ਨੀ ਕਹੇ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋਤ ਪਾਵੀ ਸਾਈ ਪਰਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਨਾਮ ਸੰਖਾ ਅਗਮ ਗਮ ਸੰਖ ਲੋ ਸੰਖ ਹੈ ਸਿਰ ਭਾਰ ਹੋਈ ਅਖਰੀ ਨਾਮ ਅਖਰੀ ਸਿਖਾ ਅਖਰੀ ਗਿਆਨ ਮੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾਂ ਸੰਜੋ ਖਾਣ ਜਿਨੇ ਲਿਖੇ ਤੇ ਸਿਰ ਨਾਏ ਜੇ ਫੁਰਮਾਏ ਤੇ ਤੇ ਪਾਏ ਜੇਦਾ ਕੀਤਾ ਪਿਤਾ ਨਾਉ ਵਿੜਨਾ ਵੇ ਨਾਹੀ ਕੋ ਥਾਉ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੇ ਸਾਈ ਮਲੀਕਾ ਤੂੰ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਕਾਂਦੇ ਪਾਣੀ ਧੋਤੇ ਉਤਰ ਸੁਖੀ ਮੂਤ ਬਲੀ ਦੀ ਕੰਬੜ ਹੋਏ ਦੇ ਸਬੂਣ ਲਈਏ ਮੁੱਤ ਹੋਏ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਨਕ ਕੈ ਰੰਗ ਭੁੱਲੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖਿਆ ਜਾਓ ਆਪੇ ਵੀ ਆਪੇ ਹੀ ਖਾਓ ਨਾਨਕ ਹੁਕਮੀ ਆਵੋ ਜਾਓ ਤੀਰਥ ਤਪ ਧਿਆਨ ਦਾਨ ਜੇ ਕੋ ਪਾਵੈ ਤਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਵੋ ਸਭ ਜਣ ਦੀ ਹੋ ਜਿਹਾ ਜਿਹੀ ਲਿਖਿਆ ਤਿਹਾ ਹੁਕਮ ਕਮਾਹੇ ਘੱਲੇ ਆਵ ਹੈ ਨਾਨਕ ਸਦੇ ਉੱਠੀ ਜਾਹੇ ਦੇ ਮਾਂ ਵਾਕ ਅਨੁਸਾਰ ਗੁਰੂ ਘਰ ਦੇ ਸੇਵਕ ਸਵਰਗ ਸਰਦਾਰ ਮਰਸ਼ਨ ਸਿੰਘ ਜੀ ਅਤੇ ਸਤਿਕਾਰ ਯੋਗ ਮਾਤਾ ਮਨਜੀਤ ਕੌਰ ਜੀ ਤਿਨ੍ਹਾਂ ਦੇ ਪਿਆਰੇ ਸਪੁੱਤਰ ਪ੍ਰੇਮ ਸਿੰਘ ਜੀ ਜੋ ਕਿ ਮਾਲਕ ਦੇ ਹੁਕਮ ਅਨੁਸਾਰ ਅਕਾਲ ਚਲਾਣ ਅੰਦਰ ਗਏ ਤਿਨ੍ਹਾਂ ਨਿਮਿੱਤ ਅੰਤਮ ਅਰਦਾਸ ਜੋ ਗ੍ਰਹਿ ਵਿਖੇ ਬਾਣੀ ਦੇ ਜਾਪ ਹੋਏ ਹੁਣ 15 ਮਿੰਟ ਦੇ ਵਾਸਤੇ ਭਾਈ ਸਰਬਜੀਤ ਸਿੰਘ ਜੀ ਖਡੂਰ ਸਾਹਿਬ ਵਾਲੇ ਕੀਰਤਨ ਦੀ ਹਾਜ਼ਰੀ ਭਰਨਗੇ ਉਪਰੰਤ ਸਤਿਕਾਰਯੋਗ ਸੰਤ ਬਾਬਾ ਸੁਖਵੰਤ ਸਿੰਘ ਜੀ ਮਹਾਂਪੁਰਸ਼ ਮੁਖੀ ਡੇਰਾ ਬਾਬਾ ਜਿੰਦਾ ਸਾਹਿਬ ਪਿੰਡ ਨਾਲਾ ਉਹ ਵੀ ਸੰਗਤ ਦੇ ਨਾਲ ਵਿਚਾਰੇ ਸਹਿਣ ਕਰਨਗੇ ਸੋ ਕੀਰਤਨ ਦੀ ਪ੍ਰਾਰੰਭਤਾ ਹੋ ਰਹੀ ਹੈ ਭਾਈ ਸਰਬਜੀਤ ਸਿੰਘ ਜੀ ਖਡੂਰ ਸਾਹਿਬ ਸੰਗਤ ਨੂੰ ਬੇਨਤੀ ਹੈ ਲੰਗਰ ਪ੍ਰਸ਼ਾਦਾ ਛਕ ਕੇ ਪੰਡਾਲ ਵਿਖੇ ਆਓ ਭਾਈ ਆਪਾਂ ਉਸ ਸਾਡੇ ਵਿਛੜੇ ਵੀਰ ਪ੍ਰੇਮ ਸਿੰਘ ਜੀ ਦੇ ਨਿਮਿੱਤ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਕਰੀਏ ਸਿਮਰਨ ਵਿੱਚ ਜੁੜੀਏ ਤਾਂ ਕਿ ਪਰਿਵਾਰ ਨੂੰ ਹੌਸਲਾ ਮਿਲ ਸਕੇ ਉਸ ਰੂਹ ਨੂੰ ਵੀ ਸਕੂਨ ਮਿਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬੜੇ ਹੀ ਪਿਆਰ ਵਾਲੇ ਸਰਦਾਰ ਪ੍ਰੇਮ ਸਿੰਘ ਜੀ ਲਾਹੌਰੀਆ ਜੋ ਪਿਛਲੇ ਦਿਨੀ ਗੁਰੂ ਪਾਤਸ਼ਾਹ ਦੇ ਸਵਾਸਾਂ ਦੀ ਪੂੰਜੀ ਨੂੰ ਪੂਰਾ ਕਰਦੇ ਸਮਾਧ ਲੋਕ ਤੋਂ ਕਾਲ ਚੜਾ ਕਰ ਗਏ ਸਨ
ਤਿਹਨਾਂ ਦੀ ਆਤਮਿਕ ਸ਼ਾਂਤੀ ਲਈ ਤਿਹਨਾਂ ਦੇ ਸਮੂਹ ਪਰਿਵਾਰ ਵੱਲੋਂ ਆਪਣੇ ਗ੍ਰਹਿ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਪਰਮ ਕਰਵਾਏ ਸਨ। ਵਾਹਿਗੁਰੂ ਜਿਨ੍ਹਾਂ ਦੇ ਸੰਪੂਰਨ ਹੋਸੇ ਪ੍ਰਭਾ ਦੇ ਗ੍ਰਹਿ ਵਿਖੇ ਪਾਏ ਗਏ ਸੋਹਣ ਖੁੱਲ੍ਹੇ ਪੰਡਾਲਾਂ ਵਿੱਚ ਉਹਦੇ ਵਿਸ਼ੇਸ਼ ਦੀਵਾਨ ਸਜਾਏ ਜਾਣਗੇ। ਆਓ ਉਸ ਵਿਸ਼ੇਸ਼ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕਰੀਏ। ਸੰਗਤਾਂ ਨੂੰ ਬੇਨਤੀ ਜੋ ਸੰਗਤਾਂ ਚਾਹ ਲੰਗਰ ਛਕ ਰਹੇ ਹਨ, ਚਾਹ ਲੰਗਰ ਛਕਣ ਉਪਰੰਤ ਗੁਰੂ ਮਹਾਰਾਜ ਜੀ ਵਿੱਚ ਬੈਠ ਕੇ ਖਾਲਸਾ ਕਰੋ ਜੀ। ਵਾਹਿਗੁਰੂ ਕਰੇ
ਮੇਲਾ ਸੰਗੋ ਕੀ ਰਾਹ
ਮੁਖੀ ਡੇਰਾ ਬਾਬਾ ਝੰਡਾ ਸਾਹਿਬ ਪਿੰਡ ਨਾਲਾ, ਉਹ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹੋਵਣਗੇ। ਸਟੇਜ 'ਤੇ ਸਵਾਈ ਮੱਠ ਹੋਕਰ ਕੀਰਤਨ ਦੀ ਪ੍ਰਾਰੰਭਤਾ ਕਰਨਗੇ। ਸੋ ਸਤ ਸੰਗਤ ਜੀ, ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀ ਰਾਤ, ਹਮ ਵੀ ਪੰਜਾ ਡੂੰਬਣੀ ਰੋਵਾਂ ਚੀੜੀ ਮਾਰ। ਕਿਉਂਕਿ ਜੋ ਇਹ ਸਮਾਂ ਹੈ, ਹਵਾਵਾਂ ਚਲੀਆਂ ਜਾਂਦੀਆਂ ਨੇ, ਤੂਫਾਨ ਚਲੇ ਜਾਂਦੇ ਨੇ, ਬਸ ਯਾਦਾਂ ਰਹਿ ਜਾਂਦੀਆਂ ਨੇ, ਇਨਸਾਨ ਚਲੇ ਜਾਂਦੇ ਨੇ। ਪ੍ਰੇਮ ਸਿੰਘ ਜੀ ਜੋ ਸਾਡੇ ਪਾਸੋਂ ਸਦਾ ਲਈ ਚਲੇ ਗਏ, ਕੇਵਲ ਯਾਦਾਂ ਹੀ ਪਿੱਛੇ ਛੱਡ ਗਏ ਨੇ। ਸੋ ਮਾਤਾ ਮਨਜੀਤ ਕੌਰ ਜੀ, ਜਿਨ੍ਹਾਂ ਦੇ ਸੁਪੁੱਤਰ ਸਨ ਪ੍ਰੇਮ ਸਿੰਘ ਜੀ ਅਤੇ ਭੈਣ ਰਾਜਵਿੰਦਰ ਕੌਰ, ਜਿਨ੍ਹਾਂ ਦੇ ਪਤੀ ਸਵਰਗੀ ਸਦਾ ਦਰਸ਼ਨ ਸਿੰਘ, ਜਿਨ੍ਹਾਂ ਦੇ ਸੁਪੁੱਤਰ ਅਤੇ ਵੀਰ ਪੂਰਨ ਸਿੰਘ ਜਿਨ੍ਹਾਂ ਦੇ ਭਰਾਤਾ ਸਨ, ਭੈਣ ਗੁਰਪ੍ਰੀਤ ਕੌਰ, ਵਿੰਦਰ ਕੌਰ ਵੈਸੇ, ਜਿਨ੍ਹਾਂ ਦੇ ਪਿਆਰੇ ਵੀਰ ਜੋ ਸਾਡੇ ਪਾਸ ਨਹੀਂ ਰਹੇ, ਚਲੇ ਗਏ ਨੇ। ਸੋ ਅੱਜ ਅਸੀਂ ਵੇਖ ਰਹੇ ਹਾਂ ਕਿ ਜਿਹੜਾ ਵੀ ਇਨਸਾਨ ਆ ਰਿਹਾ, ਹਰ ਇੱਕ ਆਪਣੇ ਦਿਲ ਵਿੱਚ ਇੱਕ ਦਰਦ ਲੈ ਕੇ ਆ ਰਿਹਾ। ਜੋ ਪ੍ਰੇਮ ਸਿੰਘ ਜੀ ਦੇ ਸਾਥੀ ਹੀ ਇੱਕ ਜੋ ਰਜਿੰਦਰ ਸਿੰਘ ਵਿੱਕੀ, ਉਹਨਾਂ ਦੇ ਪਿਤਾ ਜੀ ਵੀ ਮਹਿਲ ਸਿੰਘ ਜੀ, ਮਾਤਾ ਜਸਵਿੰਦਰ ਕੌਰ ਜੀ ਅਤੇ ਰਜਿੰਦਰ ਸਿੰਘ ਦੇ ਮਾਮਾ ਜੀ ਗੁਰਭੇਜ ਸਿੰਘ ਮਿੱਟੂ ਬੀਕਾਨੇਰੀਆ, ਚਾਚਾ ਜਗਦੀਸ਼ ਸਿੰਘ ਜੀ ਅਤੇ ਭੂਆ ਬਲਵਿੰਦਰ ਕੌਰ, ਉਹ ਵੀ ਇਸ ਪਰਿਵਾਰ ਦੇ ਨਾਲ, ਲਾਹੌਰੀਆ ਪਰਿਵਾਰ ਦੇ ਨਾਲ ਦੁੱਖ ਵਿੱਚ ਸ਼ਾਮਿਲ ਹੋ ਕੇ ਹਮਦਰਦੀ ਪ੍ਰਗਟ ਕਰਨ ਪਹੁੰਚੇ ਹਨ। ਅਤੇ ਇਸੇ ਤਰ੍ਹਾਂ
ਬਹੁਤ ਸਾਰੀਆਂ ਪੂਰੀਆਂ ਸ਼ਖਸੀਅਤਾਂ ਪਹੁੰਚੀਆਂ ਹਨ। ਦਿਲਬਾਗ ਸਿੰਘ ਜੀ ਵੱਲੋਂ SP ਸਾਹਿਬ, ਸੁਖਦੇਵ ਸਿੰਘ ਹੁੰਦਲ DSP ਸਾਹਿਬ, ਉਹ ਵੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਪਹੁੰਚੇ ਹਨ। ਸਰਦਾਰ ਦਰਸ਼ਨ ਸਿੰਘ ਜੀ, ਸਤਿਕਾਰਯੋਗ ਸ਼ਿਵ ਕਮਲ ਸਿੰਘ ਜੀ ਸਾਨੂੰ ਸੂਰਜ ਲਾਹੌਰੀਆ ਸਾਰੇ ਉਚੇਚੇ ਤੌਰ 'ਤੇ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕਰਦੇ ਹਨ। ਸਤ ਸੰਗਤ ਜੀ, ਬਸ ਹੁਣ ਸਾਡੇ ਕੋਲ ਕੇਵਲ ਗੁਰੂ ਦੀ ਬਾਣੀ ਹੀ ਹੈ। ਉਸ ਮਾਲਕ ਨੂੰ ਯਾਦ ਕਰੀਏ, ਬਾਣੀ ਨੂੰ ਯਾਦ ਕਰੀਏ, ਪਰਮਾਤਮਾ ਦਾ ਨਾਮ ਹੀ ਹੈ। ਜਿਉਂ ਮੰਦਰ ਕੋ ਥੰਮੈ ਥੰਮਣ, ਤਿਉਂ ਗੁਰ ਕਾ ਸ਼ਬਦ ਮਨੈ ਅਸਥੰਮਣ। ਸਾਡੇ ਮਨ ਦਾ ਸਹਾਰਾ ਗੁਰੂ ਦੀ ਬਾਣੀ ਹੈ। ਆਓ ਅਸੀਂ ਮਹਾਂਪੁਰਸ਼ਾਂ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 40 ਮਿੰਟ ਤੱਕ ਮਹਾਂਪੁਰਸ਼ ਸੇਵਾ ਦੀ ਹਾਜ਼ਰੀ, ਕੀਰਤਨ ਦੀ ਹਾਜ਼ਰੀ ਬਣ ਗਏ ਜੀ। ਤੇਰਾ ਪਿਆਰ ਤੇਰਾ ਚੈਨ।
Thank you.
Thank you.
Thank you.
ਜਿਨ੍ਹਾਂ ਦਾ ਇਸ਼ਾਰਾ ਪਰਿਵਾਰ ਵੇਦ ਸਦਾ ਦਰਸ਼ਨ ਸਿੰਘ ਜੀ, ਮਾਤਾ ਮਨਜੀਤ ਕੌਰ ਜੀ, ਜਿਨ੍ਹਾਂ ਦਾ ਬੇਟਾ ਔਰ ਗੁਰਪੂਰਨ ਸਿੰਘ ਜੀ, ਗੁਰਪ੍ਰੀਤ ਕੌਰ ਜੀ, ਜਗਜੀਤ ਸਿੰਘ ਜੀ, ਵਿੰਦਰ ਕੌਰ ਜੀ, ਲਵਪ੍ਰੀਤ ਸਿੰਘ ਜੀ, ਜਿਨ੍ਹਾਂ ਦਾ ਵੀਰ ਅਤੇ ਸਰਦਾਰ ਅਰਜਨ ਸਿੰਘ ਜੀ, ਸਰਦਾਰ ਸਰਜੀਤ ਸਿੰਘ ਜੀ, ਸਰਦਾਰ ਸੁਖਜੀਤ ਸਿੰਘ ਜੀ, ਜਿਨ੍ਹਾਂ ਦਾ ਭਤੀਜਾ ਪ੍ਰੇਮ ਸਿੰਘ ਲਾਹੌਰੀਆ, ਜੋ ਮਾਲਕ ਵੱਲੋਂ ਮਿਲੀ ਹੋਈ ਸ਼ਵਾਸਾਂ ਦੀ ਪੂੰਜੀ ਨੂੰ ਸਮਾਪਤ ਕਰ ਨਿਜ ਘਰ ਵਾਪਸ ਪਰਤਿਆ, ਮਾਲਕ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਬੇਨਤੀ ਸਮਾਗਮ ਵਿੱਚ ਆਪ ਸਮੂਹ ਸੰਗਤ ਹਾਜ਼ਰ ਰਹੇ, ਘਰ ਵਿੱਚ ਰੱਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਸੰਪੂਰਨ ਤੌਰ 'ਤੇ ਇਸ ਖੁੱਲ੍ਹੇ ਪੰਡਾਲ ਵਿੱਚ ਮਾਲਕ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਬੇਨਤੀ ਸਮਾਗਮ ਅੰਦਰ ਸਤਿਕਾਰਯੋਗ ਸੰਤ ਸੁਖਵੰਤ ਸਿੰਘ ਜੀ ਬਾਬਾ ਝੰਡਾ ਸਾਹਿਬ ਦੇ ਆਪ ਸਥਾਨ ਤੋਂ ਕੀਰਤਨ ਦੀ ਹਾਜ਼ਰੀ ਭਰ ਰਹੇ ਸਨ। ਬਹੁਤ ਬਹੁਤ ਧੰਨਵਾਦ। ਬੇਨਤੀ ਕਰਾਂਗਾ ਭਾਈ ਸਾਹਿਬ ਭਾਈ ਜਗਸੀਰ ਸਿੰਘ ਜੀ, ਜਿਨ੍ਹਾਂ ਨੇ ਸਟੇਜ 'ਤੇ ਸਮਾਜਮਾਨ ਹੋਣ, ਆਪ ਸੰਗਤ ਦੀ ਸੇਵਾ ਵਿੱਚ ਕੁਝ ਸਮਾਂ ਗੁਰਬਾਣੀ ਵਿਚਾਰ ਦੀ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨ। ਅੱਜ ਦੇ ਸਮਾਗਮ ਵਿੱਚ ਸ਼੍ਰੀ ਵਿਜੇ ਸਾਪਰਾ ਜੀ, ਕੇਂਦਰੀ ਮੰਤਰੀ, ਭਾਰਤ ਸਰਕਾਰ, ਤਿੰਨਾਂ ਵੱਲੋਂ ਵੀ ਪਰਿਵਾਰ ਨੂੰ ਹਮਦਰਦੀ ਪੱਤਰ ਭੇਜਿਆ ਗਿਆ। ਸਰਦਾਰ ਮਹਿਲ ਸਿੰਘ ਜੀ, ਸਰਦਾਰ ਗੁਰਭੇਜ ਸਿੰਘ ਜੀ, ਬੀਬੀ ਜਸਵਿੰਦਰ ਕੌਰ ਜੀ, ਬੀਟੂ ਬੀਕਾਨੇਰੀਆ ਜੀ, ਜਗਦੀਸ਼ ਸਿੰਘ ਜੀ, ਬਲਵਿੰਦਰ ਕੌਰ ਜੀ, ਲਖਵੀਰ ਸਿੰਘ ਜੀ ਬਾਜਵਾ, ਸੋਨੂੰ ਵੈਲਮੋਰੀਆ ਜੀ, ਬੌਬੀ ਜੀ ਫਗਵਾੜਿਆਂ ਤੋਂ, ਅਮਿਤ ਸਿੰਘਾ ਜੀ ਐਡਵੋਕੇਟ, ਸਰਦਾਰ ਨਿਰਮਲ ਸਿੰਘ ਜੀ ਸਾਬਕਾ DSP, ਸ਼੍ਰੀ ਪ੍ਰਦੀਪ ਭੁੱਲਰ ਜੀ, ਔਰ ਹੋਰ ਬਹੁਤ ਸਾਰੇ ਸਤਸੰਗੀ ਜਨ ਅੱਜ ਦੇ ਮਾਲਕ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਬੇਨਤੀ ਸਮਾਗਮ ਵਿੱਚ ਹਾਜ਼ਰ ਹਨ। ਆਓ ਬੜੇ ਪਿਆਰ ਸਾਹਿਤ ਵਿਚਾਰ ਸਰਵਣ ਕਰੀਏ ਜੀ ਭਾਈ ਸਾਹਿਬ ਭਾਈ ਜਗਸੀਰ ਸਿੰਘ ਜੀ। ਰਾਣਾ ਰਾਓ ਨਾ ਕੁਰ ਹੈ ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਮੰਦਾ ਤੀਰ, ਨਹਿ ਪਾਰਕ ਨਹਿ ਜੋਗ ਨਹਿ ਬਿਰਦੀ ਕਛ ਬੰਦ, ਉਹ ਬੇਰਾ ਨਹਿ ਬੂਜੀਏ ਜੋ ਸਾਰੇ ਸਤਸੰਗੀ ਜਨੋ। ਅੱਜ ਦਾ ਜੋ ਕਿ ਸਮਾਂ ਗੁਰੂ ਘਰ ਦੇ ਸੇਵਕ ਮਾਤਾ ਮਨਜੀਤ ਕੌਰ ਜੀ ਸੁਪਤਨੀ ਜੋੜਾ ਦੇ ਗਏ, ਕਿਉਂਕਿ ਸਾਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਦੁੱਖ ਸੁੱਖ ਹਰ ਸਮੇਂ ਗੁਰੂ ਦਾ ਅਤੇ ਸਤਸੰਗਤ ਦਾ ਆਸਰਾ ਲੈਣ ਦੇ ਲਈ ਹੁਕਮ ਕੀਤਾ ਹੋਇਆ ਹੈ। ਸੋ ਬਹੁਤ ਪ੍ਰੇਮ ਸ਼ਰਤ ਆਪ ਜੀ ਨੇ ਇਸ ਅਰਦਾਸ ਸਮਾਗਮ ਦੇ ਵਿੱਚ ਸ਼ਮੂਲੀਅਤ ਕੀਤੀ ਹੈ। ਇਹ ਸਾਰੇ ਸਮਾਗਮ ਦਾ ਜਿਹੜਾ ਮਨੋਰਥ ਉਹ ਇਹੀ ਹੈ ਕਿ ਦੇਹੋ ਸੱਜਣ ਅਸੀਸੜੀਆਂ ਜਿਉਂ ਯੁਗ ਹੈ
ਸਾਹਿਬ ਸਿਉਂਦੇ ਨੇ। ਸੋ ਆਓ ਜਿੱਥੇ ਆਪ ਜੀ ਨੇ ਬਾਬਾ ਜੀ ਪਾਸੋਂ ਗੁਰਬਾਣੀ ਕੀਰਤੀ ਸਰਵਣ ਕੀਤਾ ਹੈ, ਹੁਕਮ ਹੋਇਆ ਹੈ, ਕੁਛ ਸਮਾਂ ਆਓ ਗੁਰਬਾਣੀ ਦੇ ਵਿਚਾਰ ਦੇ ਨਾਲ ਜੁੜੀਏ। ਗੁਰਫਤਿਹ ਪ੍ਰਵਾਨ ਕਰਨੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੌਤ ਇੱਕ ਐਸੀ ਅਟਲ ਸੱਚਾਈ ਹੈ ਕਿ ਇਹ ਤਿੰਨੇ ਅਵਸਥਾਵਾਂ ਇਹਦੇ ਤੋਂ ਮਹਿਫੂਜ਼ ਨਹੀਂ ਹਨ। ਨਹਿ ਬਾਰਕ, ਨਹਿ ਜੋਗਨ, ਨਹਿ ਬਿਰਦੀ, ਕਛ ਬਰ। ਆਪ ਇਹ ਮੌਤ ਐਸੀ ਪ੍ਰਬਲ ਹੈ ਕਿ ਨਾ ਇਹ ਬਚਪਨ ਵੇਦੀ ਹੈ, ਨਾ ਇਹ ਜਵਾਨੀ ਵੇਦੀ ਹੈ, ਤੇ ਨਾ ਇਹ ਬੁਢਾਪਾ ਵੇਦੀ ਹੈ। ਕਾਲ ਅਹੇਰੀ ਫਿਰੈ ਬਦਲ ਜਿਉ। ਸਤਿਗੁਰੂ ਮਹਾਰਾਜ ਜੀ ਤੋਂ ਪਾਵਨ ਬਾਣੀ ਵਿੱਚ ਇਹੋ ਸਾਨੂੰ ਵਚਨ ਕਰਦੇ ਨੇ, ਜਿਉਂ ਮੱਛੀ ਤਿਉਂ ਮਾਨਸਾ ਪਵੈ ਅਚਿੰਤਾ ਜਾਲ। ਇਹ ਜਿਹੜਾ ਇੱਕ ਅਚਿੰਤਾ ਜਾਲ ਹੈ, ਇਹ ਜਿਹੜੀ ਮੌਤ ਹੈ, ਇਹ ਤਾਂ ਸਾਡੇ ਸਿਰ ਦੇ ਉੱਤੇ, ਕਾਲ ਤਾਂ ਸਾਡੇ ਸਿਰ ਦੇ ਉੱਤੇ ਕੂਕ ਰਿਹਾ ਹੈ। ਇੱਥੇ ਤਾਂ ਰਾਵਣ ਬਣ ਕੇ ਬੜੇ ਸਮਰੱਥ ਜਿਹੜੇ ਕਹਿੰਦੇ ਸੀ ਕਾਲ ਪਾਵੇ ਨਾਲ ਬੰਨਿਆ ਹੋਇਆ, ਮੌਤ ਉਹਨਾਂ ਨੂੰ ਵੀ ਲੈ ਗਈ। ਰਾਮ ਗਏ, ਰਾਮ ਰਾਮ ਗਏ, ਜਾਓ ਬਹੁ ਪਰਿਵਾਰ। ਸਤਿਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਨੇ ਸਾਨੂੰ ਉਪਦੇਸ਼ ਬਖਸ਼ ਕੀਤਾ, ਸਾਹਿਬ ਸਿਮਰਨੋ ਮੇਰੇ ਭਾਈ ਸਭਨਾ ਇਹ ਬਿਆਨਾ, ਇੱਥੇ ਧੰਦਾ ਪੂਰਾ ਚਾਰਦੇ ਹਾਂ, ਆਗਾ ਸਰ ਪਰ ਜਾਣਾ, ਆਗਾ ਸਰ ਪਰ ਜਾਣਾ, ਜਿਉ ਮਿਹਮਾਣਾ, ਕਾਹੇ ਵਾਰ ਕੀਜੈ ਜਿਤ ਸੇਵੇ, ਦਰਗਾ ਸੁਖ ਪਾਈਐ ਨਾਮ ਤਿਸੈ ਕਾ ਲੀਜੈ। ਇਹੀ ਅਸਲ ਵਿੱਚ ਅਸੀਂ ਕਰਨ ਵਾਸਤੇ ਸੰਸਾਰ ਤੇ ਆਏ, ਆਇਓ ਸੁਣੋ ਪੜ੍ਹਤ ਕੋ ਬਾਣੀ, ਨਾਮ ਸਾਰ ਲੱਗੇ ਅਨ ਲਾਲਚ, ਬ੍ਰਿਥਾ ਜਨਮ ਪੁਰਾਣੀ। ਜਦੋਂ ਕੋਈ ਜੀਵ ਸਾਡੇ ਕੋਲੋਂ ਵਿਛੜਦਾ ਹੈ, ਕਿਉਂਕਿ ਵਿਛੋੜੇ ਦਾ ਦੂਜਾ ਨਾਮ ਹੀ ਦੁੱਖ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦੁੱਖਾਂ ਦੀ ਜਦੋਂ ਇੱਕ ਲਿਸਟ ਤਿਆਰ ਕੀਤੀ, ਉਹਦੇ ਵਿੱਚ ਵਿਛੋੜੇ ਨੂੰ ਸਭ ਤੋਂ ਉੱਤੇ ਰਹੇ ਕਿ ਵਿਛੋੜਾ ਜਿਹੜਾ ਹੈ ਸਭ ਤੋਂ ਵੱਡਾ ਦੁੱਖ ਹੈ। ਤੇ ਵਿਛੋੜੇ ਇਹਦੇ ਵਿੱਚ ਵੀ ਕਈ ਹਾਲਾਤ ਬਣ ਜਾਂਦੇ ਨੇ। ਜਦੋਂ ਕੋਈ ਪ੍ਰਾਣੀ ਆਪਣੀ ਉਮਰਾਂ ਭੋਗ ਕੇ ਜਾਂਦਾ ਹੈ ਤੇ ਕੁਝ ਨਾ ਕੁਝ ਧਰਵਾਸ ਹੋ ਜਾਂਦੀ ਹੈ ਵੀ ਚਲੋ ਇਹ ਸੰਸਾਰ ਦੇ ਵਿੱਚ ਆਪਣਾ ਜੀਵਨ ਸੋਹਣਾ ਬਤੀਤ ਕਰ। ਇੱਕ ਬਾਪ ਆਪਣੇ ਬੱਚੇ ਨੂੰ, ਆਪਣੇ ਪੁੱਤਰ ਨੂੰ ਨਾਲ ਲੈ ਕੇ ਬਾਜ਼ਾਰ ਗਿਆ। ਬਾਜ਼ਾਰ ਦੇ ਵਿੱਚ ਉਹਨੇ ਦੀਵੇ ਬੀਤ ਕੇ ਲਿਆਏ, ਦੀਵੇ ਬੀਤ ਕੇ ਲਿਆਇਆ ਕਿ ਕੱਲ ਭਾਈ ਦੀਵਾਲੀ ਹੈ, ਆਪਾਂ ਦੀਵੇ ਜਗਾਵਾਂਗੇ। ਉਹ ਜਦੋਂ ਦੀਵੇ ਲੈ ਕੇ ਆਇਆ ਹੈ ਘਰ ਆ ਕੇ, ਉਹ ਦੀਵੇ ਜਦੋਂ ਬੱਚਾ ਰੱਖਣ ਲੱਗਾ, ਉਹਦੇ ਕੋਲੋਂ ਇੱਕ ਦੀਵਾ ਡਿੱਗ ਗਿਆ, ਉਹ ਟੁੱਟ ਗਿਆ, ਤੇ ਬਾਪ ਨੇ ਬੜਾ ਝਿੜਕਿਆ।
ਬਾਪ ਬੜਾ ਗੁੱਸੇ ਹੋਇਆ ਆਪਣੇ ਪੁੱਤਰ ਨੂੰ ਕਿ ਤੂੰ ਇਹ ਦੀਵਾ ਤੋੜ ਦਿੱਤਾ। ਬੱਚਾ ਝਿੜਕ ਉਹਨੇ ਬਰਦਾਸ਼ਤ ਕਰ ਲਈ। ਅਗਲੇ ਦਿਨ ਦੀਵਾਲੀ ਤੋਂ ਅਗਲੇ ਦਿਨ ਉਹ ਨੌਜਵਾਨ ਉਹ ਆਪਣੇ ਘਰ ਦੀ ਛੱਤ ਤੇ ਚੜ੍ਹਿਆ ਤੇ ਵੇਖਿਆ ਵੀ ਦੀਵੇ ਇੱਧਰ ਉੱਧਰ ਖਿਲਾਰੇ ਪਏ ਨੇ ਤੇ ਉਹਦੇ ਵਿੱਚ ਬਹੁਤ ਸਾਰੇ ਦੀਵੇ ਟੁੱਟ ਗਏ ਤੇ ਉਹ ਪਤਾ ਲੱਗਿਆ ਕਿ ਉਹਦੀ ਮਾਂ ਨੇ ਜਦੋਂ ਸਾਫ਼ ਸਫਾਈ ਕੀਤੀ ਤੇ ਉਹਨੇ ਉਹ ਸਾਰਾ ਕੂੜਾ ਬੁਝਿਆ ਤੇ ਦੀਵੇ ਬਸ ਸੁੱਟ ਦਿੱਤੇ। ਬਹੁਤ ਸਾਰੇ ਦੀਵੇ ਉਹਦੇ ਵਿੱਚ ਟੁੱਟ ਗਏ ਤੇ ਉਹ ਬੱਚਾ ਆਪਣੇ ਬਾਪ ਕੋਲ ਆ ਕੇ ਕਹਿੰਦਾ ਹੈ, ਪਿਤਾ ਜੀ ਆਹ ਦੇਖੋ ਮਾਂ ਨੇ ਕਿੰਨੇ ਦੀਵੇ ਤੋੜ ਦਿੱਤੇ। ਬਾਪ ਕਹਿੰਦਾ ਚਲੋ ਕੋਈ ਗੱਲ ਨੀ ਪੁੱਤਰ। ਉਹ ਬੱਚਾ ਹੈਰਾਨ ਹੋ ਕੇ ਪੁੱਛਦਾ ਆਪਣੇ ਬਾਪ ਨੂੰ, ਪਿਤਾ ਜੀ ਕੱਲ ਮੇਰੇ ਕੋਲੋਂ ਇੱਕ ਦੀਵਾ ਟੁੱਟਿਆ ਤੇ ਤੁਸੀਂ ਮੈਨੂੰ ਬੜਾ ਝਿੜਕੇ, ਕੁੱਟਣ ਤੱਕ ਤੁਸੀਂ ਮੈਨੂੰ ਚਲੇ ਗਏ ਸੀ ਤੇ ਮਾਂ ਨੇ ਕਿੰਨੇ ਦੀਵੇ ਤੋੜ ਦਿੱਤੇ ਅੱਜ ਤੇ ਤੁਸੀਂ ਕਹਿੰਦੇ ਚਲੋ ਕੋਈ ਗੱਲ ਨੀ। ਬਾਪ ਕਹਿਣ ਲੱਗਾ ਅਸਲ ਵਿੱਚ ਕਾਰਨ ਇਹ ਹੈ ਵੀ ਜਿਹੜੇ ਇਹ ਅੱਜ ਦੀਵੇ ਟੁੱਟੇ ਨੇ ਇਹਨਾਂ ਨੇ ਆਪਣਾ ਕੰਮ ਕਰ ਲਿਆ ਕਿਉਂਕਿ ਇਹ ਸਾਰੀ ਰਾਤ ਬਲਦੇ ਰਹੇ ਜਗਦੇ ਰਹੇ, ਪਰ ਜਿਹੜਾ ਤੂੰ ਦੀਵਾ ਤੋੜ ਦਿੱਤਾ ਉਹਨੇ ਤੇ ਹਜੇ ਜਗਣਾ ਸੀ, ਉਹਨੇ ਤੇ ਹਜੇ ਚਾਨਣ ਕਰਨਾ ਸੀ, ਉਹਨੇ ਤੇ ਹਜੇ ਬਲਣਾ ਸੀ, ਉਹਦਾ ਦੁੱਖ ਜ਼ਿਆਦਾ ਹੈ। ਸੋ ਇਸ ਕਰਕੇ ਬਹੁਤ ਛੋਟੀ ਉਮਰ ਦੇ ਵਿੱਚ ਥੋੜੇ ਸਮੇਂ ਦੇ ਵਿੱਚ ਹੀ ਪ੍ਰੇਮ ਸਿੰਘ ਕਪੂਰੀਆ ਚਲੇ ਗਏ ਤੇ ਤਾਂ ਹੀ ਅਸੀਂ ਕਿ ਜਿੰਨੇ ਵੀ ਆਪ ਸੰਗਤ ਵਿੱਚ ਬੈਠੇ ਹੋ ਹਰ ਇੱਕ ਦੇ ਚਿਹਰੇ ਤੋਂ ਉਹਨਾਂ ਦੇ ਜਾਣ ਦਾ ਦੁੱਖ ਪੜ੍ਹਿਆ ਜਾ ਸਕਦਾ। ਹਰ ਇੱਕ ਇਨਸਾਨ ਜਿਹੜਾ ਵੀ ਇੱਥੇ ਪਹੁੰਚਿਆ ਦਿਲ ਵਿੱਚ ਬਹੁਤ ਵੱਡਾ ਦੁੱਖ ਦਰਦ ਲੈ ਕੇ ਪਹੁੰਚਿਆ ਬੈਠਿਆ, ਪਰ ਕਿਉਂਕਿ ਇੱਥੇ ਫਿਰ ਬਸ ਕਿਸੇ ਦਾ ਕੁਝ ਨਹੀਂ ਚੱਲਦਾ, ਕੇਵਲ ਤੇ ਕੇਵਲ ਜਿਸ ਠਾਕੁਰ ਸੋ ਨਾ ਹੀ ਚਾਰਾ ਤਾਕੋ ਕੀਤੇ ਸਾਧਨ ਨਮਸਕਾਰ। ਸਮੇਂ ਦੀ ਬਹੁਤ ਸੀਮਤਾ ਹੈ, ਘੱਟ ਹੈ। ਮੁਕਤਸਰ ਬੇਨਤੀ ਕਰਾਂ ਕਿ ਬਾਣੀ ਤੇ ਇਤਿਹਾਸ ਇਹ ਸਾਡੇ ਕੋਲ ਦੋ ਸਾਧਨ ਨੇ ਜਿਹੜੇ ਆਪਣੇ ਸਮੇਂ ਸਾਨੂੰ ਕੁਝ ਧਰਵਾਸ ਦੇ ਸਕਦੇ ਨੇ, ਕਿਉਂਕਿ ਜੋ ਮਨ ਦੀ ਅਵਸਥਾ ਪਰਿਵਾਰ ਦੀ ਹੈ, ਮਾਤਾ ਮਨਜੀਤ ਕੌਰ ਜੀ ਨੇ, ਪਿੰਡ ਰਾਜਵਿੰਦਰ ਕੌਰ ਜੀ ਨੇ, ਸਾਰਾ ਪਰਿਵਾਰ ਵੀ, ਗੁਰੂ ਪੂਰਨ ਸਿੰਘ, ਗੁਰਪ੍ਰੀਤ ਕੌਰ, ਵਰਿੰਦਰ ਕੌਰ ਵਾਸਤੇ ਸਾਰਾ ਪਰਿਵਾਰ, ਉਹਨਾਂ ਦੇ ਮਨ ਨੂੰ ਇਸ ਵੇਲੇ ਸਹਾਰੇ ਦੀ ਲੋੜ ਹੈ ਤੇ ਇਹ ਜਿੱਥੇ ਆਪ ਸਾਰੇ ਸਾਕ ਸੰਬੰਧੀ ਰਿਸ਼ਤੇਦਾਰ ਸਾਰੇ ਧਰਵਾਸ ਦਿੰਦੇ ਹੋ, ਪਰ ਸਭ ਤੋਂ ਵੱਡਾ ਧਰਵਾਸ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ, ਕਿਉਂਕਿ ਜਦੋਂ ਜੇ ਅਸੀਂ ਰੋਣ ਆਉਂਦਾ ਰਾਗ ਆਉਂਦਾ, ਪਰ ਰੋਵਣ ਦੇ ਨਾਲ ਨਾ ਤੇ ਸਾਡਾ ਕੁਝ ਸਵਰਨਾ ਨਾ ਉਸ ਰੂਹ ਦਾ, ਤੇ ਜਿੰਨਾ ਤੁਸੀਂ ਬਾਣੀ ਪੜੋਗੇ, ਸਿਮਰਨ ਵਿੱਚ ਜੁੜੋਗੇ, ਮਾਲਕ ਦੇ ਕੇ ਅਰਦਾਸ ਕਰੋਗੇ, ਉਸ ਰੂਹ ਦਾ ਵੀ ਕਲਿਆਣ ਹੋਏਗਾ ਤੇ ਪਰਿਵਾਰ ਨੂੰ ਵੀ, ਮਾਂ ਨੂੰ ਵੀ ਕੁਝ ਧੀਰਜ ਆਏਗਾ, ਹੌਸਲਾ ਆਏਗਾ। ਇਤਿਹਾਸ ਵਿੱਚ ਉਹ ਇਤਵਾਰ ਕਰਦਾ ਕਿ ਮੈਂ ਸਮਾਪਤ ਕਰਾਂਗਾ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਉਹਨਾਂ ਦੇ ਸਪੁੱਤਰ ਸੀ ਬਾਬਾ ਗੁਰਦਿੱਤਾ ਜੀ, ਸੂਰਜਮਲ ਜੀ, ਅਣੀ ਰਾਏ ਜੀ, ਅਟਲ ਰਾਏ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ, ਪੰਜ ਸਪੁੱਤਰ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਛੇਵੇਂ ਪਾਤਸ਼ਾਹ ਜੀ, ਤੇ ਜਿਹੜੇ ਬਾਬਾ ਅਟਲ ਰਾਏ ਜੀ ਸੀ ਛੇਵੇਂ ਪਾਤਸ਼ਾਹ ਮਹਾਰਾਜ ਦੇ ਸਪੁੱਤਰ,
ਉਹ ਸਿਰਫ 9 ਸਾਲ ਦੀ ਉਮਰ ਦੇ ਵਿੱਚ ਹੀ ਚਲਾਣਾ ਕਰ ਗਿਆ ਸੀ। 9 ਸਾਲ ਦੀ ਉਮਰ ਸੀ ਜਦੋਂ ਅਸੀਂ ਹਰਿਮੰਦਰ ਸਾਹਿਬ ਦਰਸ਼ਨ ਕਰਨ ਜਾਂਦੇ ਹਾਂ ਤਾਂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦਾ ਅਸਥਾਨ ਬਣਿਆ ਹੋਇਆ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਬਾਬਾ ਅਟਲ ਰਾਏ ਜੀ ਦਾ ਸਥਾਨ ਬਣਿਆ ਹੋਇਆ 9 ਮੰਜ਼ਿਲਾ ਸਥਾਨ। ਉਹ 9 ਮੰਜ਼ਿਲਾ ਇਸੇ ਕਰਕੇ ਉਸ ਯਾਦ ਵਿੱਚ ਕਿ 9 ਸਾਲ ਦੀ ਉਮਰ ਵਿੱਚ 6ਵੇਂ ਪਾਤਸ਼ਾਹ ਮਹਾਰਾਜ ਸਪੁੱਤਰ ਬਾਬਾ ਅਟਲ ਰਾਏ ਜੀ ਚੜ੍ਹਾਈ ਕਰ ਗਏ ਸੀ, ਚਲਾਣਾ ਕਰ ਗਏ ਸੀ। ਉਹਦੇ ਪਿੱਛੇ ਜਿਹੜੀ ਘਟਨਾ ਹੈ ਉਹ ਆਪ ਇਤਿਹਾਸ ਤੋਂ ਜਾਣੂ ਹੋ ਕਿ ਖੇਡਦੇ ਸੀ ਹਾਣੀਆਂ ਦੇ ਨਾਲ ਅਤੇ ਇੱਕ ਸਾਥੀ ਸੀ ਮੋਹਨ। ਖੇਡਦੇ ਖੇਡਦਿਆਂ ਰਾਤ ਪੈ ਗਈ, ਹਨੇਰਾ ਹੋ ਕੇ ਕਹਿੰਦੇ ਵੀ ਹੁਣ ਆਪਾਂ ਇੱਥੇ ਖੇਡ ਬੰਦ ਕਰਕੇ ਘਰੋਂ ਘਰੀ ਚੱਲੀਏ, ਕੱਲ ਨੂੰ ਆਪਾਂ ਇੱਥੇ ਹੀ ਦੁਬਾਰਾ ਖੇਡ ਆਰੰਭ ਕਰਾਂਗੇ। ਉਹ ਵਾਰੀ ਮੋਹਨ ਸਿਰ ਸੀ ਅਤੇ ਅਗਲੇ ਦਿਨ ਜਦੋਂ ਇਕੱਠੇ ਹੋਏ ਸਾਰੇ ਅਤੇ ਕਹਿਣ ਲੱਗੇ ਮੋਹਨ ਜੀ ਤਾਂ ਆਏ ਨਹੀਂ, ਉਹ ਕਹਿਣ ਲੱਗੇ ਵੀ ਸ਼ਾਇਦ ਇਸ ਕਰਕੇ ਨਹੀਂ ਆਏ ਵੀ ਵਾਰੀ ਉਹਦੇ ਸਿਰ ਸੀ। ਪਰ ਵਾਰੀ ਕਿਹੜੀ, ਉੱਥੇ ਤਾਂ ਉਸ ਮਾਲਕ ਦਾ ਹੁਕਮ ਵਰਤ ਚੁੱਕਾ ਸੀ, ਦੇਖਿਆ ਕਿ ਮੋਹਨ ਜੀ ਤਾਂ ਚਲਾਣਾ ਕਰ ਗਏ ਅਤੇ ਬਾਬਾ ਅਟਲ ਰਾਏ ਜੀ ਨੇ ਜਾ ਕੇ ਪੁੱਛਿਆ ਅਤੇ ਦੱਸਿਆ ਵੀ ਉਹ ਤਾਂ ਚਲੇ ਗਏ ਚੜ੍ਹਾਈ ਕਰ ਗਏ। ਅਤੇ ਬਾਬਾ ਅਟਲ ਰਾਏ ਜੀ ਨੇ ਮੋਹਨ ਜੀ ਨੂੰ ਆਪਣੇ ਸ਼ਾਸਨ ਉਹ ਜਿਹੜੀ ਖੁੰਡੀ ਨਾਲ ਖੇਡਦੇ ਪੈਸੇ ਉਹ ਇੱਕ ਖੁੰਡੀ ਗੱਲ ਪਾ ਕੇ ਕਹਿੰਦੇ ਉੱਠ ਮੋਹਨ, ਮੇਰੇ ਗੁਰੂ ਸਪੁੱਤਰ ਸੀ ਅਤੇ ਉਹਨੂੰ ਜੀਵਤ ਕੀਤਾ, ਪਰ ਗੁਰੂ ਹਰਿਮੰਦਰ ਸਾਹਿਬ ਮਹਾਰਾਜ ਦਾ ਹੁਕਮ ਇਹ ਸੀ ਕਿ ਜਿੰਦ ਰੁਟੇ ਜਿੰਦ ਅਤੇ ਬਾਬਾ ਅਟਲ ਰਾਏ ਜੀ 9 ਸਾਲ ਦੀ ਯਾਤਰਾ ਵਿੱਚ ਉਹਨਾਂ ਨੂੰ ਸਰੀਰ ਰੋਲਾ ਛੱਡਣਾ ਪਿਆ ਚਲੇ ਗਏ। ਸੋ ਇਸੇ ਤਰ੍ਹਾਂ ਸਾਖ ਸੰਬੰਧ ਇਕੱਠੇ ਹੋਏ ਅੰਮ੍ਰਿਤਸਰ ਦੇ ਵਿੱਚ ਦੀਵਾਨ ਸਜਿਆ, ਆਹ ਸੁਲਤਾਨਪੁਰ ਦੇ ਨੇੜੇ ਡੱਲਾ ਪਿੰਡ ਹੈ, ਇੱਥੇ ਗੁਰੂ ਹਰਿਮੰਦਰ ਸਾਹਿਬ ਦਾ ਸਹੁਰਾ ਨਗਰ ਸੀ ਅਤੇ ਅੱਗੇ ਭਾਈ ਕੀ ਡਰੌਲੀ ਪਿੰਡ ਹੋ ਕੇ ਤੋਂ ਪਰਲੇ ਪਾਸੇ ਫਿਰੋਜ਼ਪੁਰ ਰੋਡ ਦੇ ਉੱਤੇ ਭਾਈ ਕੀ ਡਰੌਲੀ ਗੁਰੂ ਹਰਿਮੰਦਰ ਸਾਹਿਬ ਜੀ ਦੇ ਸਾਹਮਣੇ ਰਹਿੰਦੇ ਸੀ ਸਾਈ ਦਾ, ਉਹ ਵੀ ਕੋਲ ਆਏ ਹੋਏ, ਸਾਰਾ ਪਰਿਵਾਰ ਆਇਆ ਹੋਇਆ। ਅਤੇ ਜਦੋਂ ਗੁਰੂ ਹਰਿਮੰਦਰ ਸਾਹਿਬ ਜੀ ਆਪ ਸੰਗਤ ਵਿੱਚ ਕਥਾ ਕਰਿਆ ਕਰਦੇ ਸੀ, ਸੰਗਤ ਨੂੰ ਗੁਰੂ ਹਰਿਮੰਦਰ ਸਾਹਿਬ ਜੀ ਆਪ ਵਰਜਦੇ ਨੇ ਕਿ ਭਾਈ ਰੋਣਾ ਨਹੀਂ, ਬਾਣੀ ਸੁਣੋ, ਨਾਮ ਜਪੋ। ਅਤੇ ਜਦੋਂ ਸਾਰੀ ਸਮਾਪਤੀ ਹੋ ਗਈ, ਸੰਗਤ ਸੇਵਕ ਸੇਵਕ ਆਪੋ ਆਪਣੇ ਘਰਾਂ ਨੂੰ ਚਲੇ ਗਏ, ਸਾਈ ਦਾਸ ਜੀ ਗੁਰੂ ਹਰਿਮੰਦਰ ਸਾਹਿਬ ਦੇ ਕੋਲ ਆਏ, ਸਾਨੂੰ ਸਾਹਿਬ ਜੀ ਕਹਿਣ ਲੱਗੇ ਗੁਰੂ ਹਰਿਮੰਦਰ ਸਾਹਿਬ ਮਹਾਰਾਜ ਜੀ ਤੁਹਾਡਾ ਬੱਚਾ ਚਲਾ ਗਿਆ, ਬਹੁਤ ਛੋਟੀ ਉਮਰ ਸੀ, ਨਾ ਉਹਦੇ ਅੱਗੇ ਕੁਝ ਦੁਨੀਆ ਵੇਖੀ, ਨਾ ਖਾਇਆ ਨਾ ਹੰਢਾਇਆ, ਬੜਾ ਦੁੱਖ ਹੈ, ਪਰ ਸਤਿਗੁਰੂ ਤੁਹਾਨੂੰ